ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਤੇ ਮੈਂ ਸਾਰੇ ਵੀਰਾਂ ਨੂੰ ਦੱਸਣਾ ਚਾਹੁੰਦਾ ਜਿੱਦਾਂ ਕਿਸਾਨ ਵੀ ਸਾਡੇ ਕੋਲ ਰਹੇ ਨੇ ਗੁਰਪ੍ਰਕਾਸ਼ ਸਿੰਘ ਸੋਨੀ ਜੀ ਅਤੇ ਇਹ ਕਾਫੀ ਚਿਰ ਤੋਂ ਸਾਡੇ ਕੋਲ ਰਹਿ ਰਹੇ ਨੇ ਤਕਰੀਬਨ ਇੱਕ ਮਹੀਨੇ ਤੋਂ ਜੀ ਇਹਨਾਂ ਦਾ ਸਿਰਸਗਾੜ ਏਰੀਆ ਜੀ ਅਤੇ ਇਹਨਾਂ ਨੂੰ ਸਿਰਸਗਾੜ ਤੋਂ ਅਸੀਂ ਲੈ ਕੇ ਆਏ ਸੀਗੇ ਹਰਿਆਣੇ ਤੋਂ ਜੀ ਅਤੇ ਸਾਨੂੰ ਵੀਰ ਹਨੀ ਵੀਰ ਅਤੇ ਮਾਤਾ ਜੀ ਦੀਆਂ ਕਿਤਾਬਾਂ ਚਲਾਉਂਦੇ ਉਹਨਾਂ ਨੇ ਸਾਨੂੰ ਫੋਨ ਕਰਕੇ ਕਈ ਦਿਨ ਟਾਈ ਐਪ ਰਹੇ ਸਾਨੂੰ ਦੱਸਿਆ ਉਹਨਾਂ ਨੂੰ ਦੱਸਿਆ ਸੀ ਉਹਨਾਂ ਦੀ ਹਾਲਤ ਬਾਰੇ ਨੇ ਹੱਥ ਲੱਗੀ ਸੀ ਪੈਰ ਅਤੇ ਲਵਾਸ ਹੁੰਦੇ ਸੀ ਅਤੇ ਇਹ ਬੜੀ ਵੱਡੀ ਇਹਨਾਂ ਦੀ ਕਹਿ ਸਕਦੇ ਮਾੜੀ ਕਿਸਮਤ ਆ ਜੀ ਛੋਟਾ ਛੋਟਾ ਜਿਹਾ ਉਹਨੂੰ ਹਜੇ ਬੜਾ ਦੂਰ ਆਵਾਜ਼ ਨਹੀਂ ਆਉਣੀ ਸਕੂਲ ਵਜੋਂ ਨੇੜੇ ਅਤੇ ਇਹਨਾਂ ਦੀ ਮਾੜੀ ਕਿਸਮਤ ਕਹਿ ਸਕਦੇ ਹਾਂ ਗੁਰੂ ਮਹਾਰਾਜ ਦੀ ਇਹਨਾਂ ਦੇ ਮਿਹਰ ਨਹੀਂ ਹੋਈ ਜਾਂ ਇਹਨਾਂ ਦੀ ਕਰੀ ਸੀ ਗੱਲ ਵੀ ਇਹਨਾਂ ਦੇ ਮਦਰ ਸੀ ਜਿਹੜੇ ਪਹਿਲੇ ਲੇਡੀ ਸਰਪੰਚ ਸੀਗੇ ਹਰਿਆਣੇ ਦੇ ਜਿਹੜੇ ਇਹਨਾਂ ਦੀ ਮਦਰ ਸੀਗੇ 25 ਸਾਲ ਸਰਪੰਚ ਰਹੇ ਹੋ ਜੀ ਅਤੇ ਅਦਰ ਕੌਰ ਉਹਨਾਂ ਦਾ ਨਾਮ ਸੀ ਉਹਨਾਂ ਦੇ ਪੰਜ ਬੇਟੇ ਸੀ ਕਿੰਨੇ ਬੇਟੇ ਸੀ ਪੰਜ ਬੇਟੇ ਸੀ ਅਤੇ ਇੱਕ ਇਹਨਾਂ ਦੀ ਦੋ ਸਿਸਟਰਾਂ ਸੀਗੀਆਂ ਅਤੇ ਇੱਕ ਇਹਨਾਂ ਦੀ ਸਿਸਟਰ ਜੰਮੂ ਰਹਿੰਦੀ ਹੈ ਜੀ ਇੱਕ ਇਹਨਾਂ ਦੀ ਸਿਸਟਰ ਅੰਬਾਲੇ ਰਹਿੰਦੇ ਆ ਜੀ ਇੱਕ ਇਹਨਾਂ ਦਾ ਬ੍ਰਦਰ ਖੰਨੇ ਕੋਠੀ ਪਾਈ ਹੋਈ ਹੈ ਜੀ ਇੱਕ ਬ੍ਰਦਰ ਨੇ ਰਾਜਪੁਰੇ ਕੋਠੀ ਪਾਈ ਹੋਈ ਹੈ ਜੀ ਅਤੇ ਜਾਣੀ ਕਿ ਬੜੇ ਵਧੀਆ ਮਿਲ ਸਕਲਾ ਬੰਦੇ ਸਾਰੇ ਪਰ ਇਹ ਵੀ ਜਦੋਂ ਜਿਵੇਂ ਦੱਸਿਆ ਪੁਰਾਣੀਆਂ ਪੋਸਟਾਂ ਤੁਸੀਂ ਦੇਖਿਆ ਹੋਇਆ ਵਾ ਵੀ ਗੋਲਡ ਮੈਡਲ ਹੈ ਜੀ ਆਪਣੇ ਐਮ ਕੌਮ ਦੇ ਵਿੱਚੋਂ ਜੀ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਅਤੇ ਇਹ ਬੜੀ ਮਲਟੀ ਨੈਸ਼ਨਲ ਕੰਪਨੀ ਦੇ ਵਿੱਚ ਕੰਮ ਕਰਦੇ ਰਹੇ ਜਿਹੜੀ ਆਪਣੇ ਬੰਬੇ ਤੋਂ ਪੂਨਾ ਜਿਹੜੀ ਪਾਈਪ ਲਾਈਨ ਪਈ ਸੀਗੀ ਤੇਲ ਦੀ ਉਹਦੇ ਵਿੱਚ ਇਹ ਕੰਮ ਕਰਦੇ ਸੀਗੇ ਜੀ ਅਤੇ ਪਰ ਇਹਨਾਂ ਦੀ ਕਿਸਮਤ ਦਾ ਇਹੋ ਜਿਹਾ ਗੇੜ ਰਿਹਾ ਵੀ ਇਹਨਾਂ ਦੀ ਵਿਚਾਰਿਆਂ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਹੋਈ ਰਹੀ ਅਤੇ ਹੁਣ ਇਹਨਾਂ ਦੇ ਪੈਰ 'ਤੇ ਸੱਟ ਲੱਗੀ ਹੋਈ ਸੀ ਸਾਨੂੰ ਵੀਰ ਨੇ ਕਿਸੇ ਨੇ ਇਹਨਾਂ ਨੇ ਫੋਨ ਕੀਤਾ ਸੀ ਜਾ ਕੇ ਇਹਨਾਂ ਨੂੰ ਲੈ ਕੇ ਆਏ ਉੱਥੋਂ ਅਤੇ ਹੁਣ ਜਿਹੜੀ ਇਹਨਾਂ ਦੀ ਸਟੋਰੀ ਬਿਲਕੁਲ ਸਾਡੇ ਸਾਹਮਣੇ ਆ ਰਹੀ ਹੈ ਜੀ ਇਹਨਾਂ ਦੀ ਬੜੀ ਹਾਲਤ ਮਾੜੀ ਹੈ ਜੀ ਦਿਮਾਗੀ ਤੌਰ 'ਤੇ ਵੀ ਫਿਜ਼ੀਕਲੀ ਵੀ ਇਹਨਾਂ ਦੀ ਵਾਈਫ ਨੂੰ ਪਤਾ ਲੱਗਿਆ ਵੀ ਇਹ ਸਾਡੇ ਕੋਲ ਰਹਿੰਦਾ ਕਿਸੇ ਤਰੀਕੇ ਉਹਨਾਂ ਨੂੰ ਪਤਾ ਲੱਗ ਗਿਆ ਕਿਸੇ ਤੋਂ ਤਾਂ ਉਹਨਾਂ ਨੇ ਵਿਚਾਰੀ ਨੇ ਸਾਨੂੰ ਜਿਹੜੇ ਕਾਲ ਕਰਕੇ ਸਾਨੂੰ ਪਹੁੰਚੇ ਉਹ ਆ ਕੇ ਮਿਲ ਕੇ ਗਏ ਇਹਨਾਂ ਨੂੰ ਅਤੇ ਬੱਚਿਆਂ ਨਾਲ ਵੀ ਇਹਨਾਂ ਦੀ ਫੋਨ 'ਤੇ ਗੱਲ ਕਰਵਾਈ ਦੀ ਹੈ ਅਤੇ ਇਸ ਕਰਕੇ ਇਹਨਾਂ ਕੋਈ ਹੋਰ ਰਿਸ਼ਤੇਦਾਰ ਕੋਈ ਸਾਥ ਨਹੀਂ ਦਿੰਦਾ ਜੀ ਵਾਈਫ ਇਹਦੀ ਜੋਬ ਕਰਕੇ ਬੱਚੇ ਪਾਲ ਰਹੀ ਆ ਉਹਦੇ ਕੋਲ ਕੁਛ ਨਹੀਂ ਹੈਗਾ ਕਿਉਂਕਿ ਉਹ ਆਪਦੀ 10-12 ਹਜ਼ਾਰ ਰੁਪਏ ਦੀ ਜੋਬ ਕਰਦੀ ਹੈ ਅਤੇ ਆਪਦੇ ਬੱਚਿਆਂ ਨੂੰ ਰੋਟੀ ਖਵਾਉਂਦੀ ਹੈ ਰੈਂਟ 'ਤੇ ਕਿਰਾਏ 'ਤੇ ਰਹਿੰਦੀ ਹੈ ਜੀ ਅਤੇ ਇਸ ਕਰਕੇ ਮੈਂ ਭੈਣਾਂ ਦੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਅਤੇ ਖਾਸ ਕਰਕੇ ਇਹਦੇ ਭੈਣ ਅਤੇ ਭਰਾ ਵਾ ਜਿਹੜੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਇੱਕ ਭਰਾ ਤਾਂ ਉੱਥੇ ਹੀ ਸੀ ਅੰਬਾਲੇ ਜਦੋਂ ਅਸੀਂ ਉਹਨੂੰ ਲੈ ਕੇ ਆਏ ਵੀਰ ਨੂੰ ਚੱਕ ਕੇ ਸਿਰਸਗੜ੍ਹ ਤੋਂ ਉਹ ਢਾਬਾ ਚਲਾਉਂਦਾ ਚਲੋ ਕਾਫੀ ਮਾੜੀ ਹਾਲਤ ਸੀਗੀ ਉਹਨਾਂ ਦੀ ਆਪਦੀ ਕਹਿ ਸਕਦੇ ਹਾਂ ਵੀ ਫਾਈਨੈਂਸ਼ਲੀ ਹਾਲਤ ਠੀਕ ਨਹੀਂ ਹੈਗੀ ਸੀਗੀ ਪਰ ਬਾਕੀ ਜਿਹੜੇ ਇਹਨਾਂ ਦੇ ਭੈਣ ਭਰਾ ਨੇ ਉਹ ਬੜੇ ਵਧੀਆ ਮਿਲ ਸੈਟਲ ਆ ਜੀ ਜੰਮੂ ਵਾਲੇ ਸਿਸਟਰ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਖੰਨੇ ਵਾਲਾ ਬ੍ਰਦਰ ਆ ਜੀ ਰਾਜਪੁਰੇ ਵਾਲਾ ਭਰਾ ਵਾ ਜੀ ਅਤੇ ਅੰਬਾਲੇ ਵਾਲੀ ਭੈਣ ਆ ਜੀ ਇਹਨਾਂ ਦੀ ਦੱਸਦੇ ਜਿੱਦਾਂ ਇਹ ਅਤੇ ਮੈਂ ਉਹਨਾਂ ਦਾ ਚਲੋ ਨਾਮ ਨਹੀਂ ਡਿਸਕਲੋਜ਼ ਕਰਨਾ ਚਾਹੁੰਦਾ ਪਰ ਮੈਂ ਬੇਨਤੀ ਕਰਦਾ ਕਿ ਇਸ ਰੁੱਖ ਦਾ ਤਕਰੀਬਨ ਸਾਰੇ ਬੰਦੇ ਦੇ ਸਾਨੂੰ ਵੀ ਪਤਾ ਸਾਨੂੰ ਉਹ ਦੇਖਦੇ ਆ ਉਹਨਾਂ ਨੇ ਕਾਲ ਵੀ ਇੱਕ ਵਾਰ ਕੀਤੀ ਸੀ ਸਾਡੇ ਕੋਲ ਉਹ ਨੰਬਰ ਹੀ ਨਹੀਂ ਸਹੀ ਆਇਆ ਮੈਂ ਬੈਕ ਕੋਲ ਲਾਈ ਉਹ ਨੰਬਰ ਬੈਕ ਕੋਲ ਲੱਗੀ ਨਹੀਂ ਜੀ ਅਤੇ ਪਰ ਮੈਂ ਬੇਨਤੀ ਕਰਦਾ ਵਾਂ ਵੀ ਉਹ ਜ਼ਰੂਰ ਆ ਕੇ ਇਹਨੂੰ ਮਿਲਣਾ ਇਹਨਾਂ ਦਾ ਹੁਣ ਆਰਮੀਆਂ ਦਾ ਆਪਰੇਸ਼ਨ ਹੋਣਾ ਜੀ ਕਿਉਂਕਿ ਆਰਮੀਆਂ ਦਾ ਆਪਰੇਸ਼ਨ ਕਰਵਾਉਣਾ ਬਹੁਤ ਜ਼ਰੂਰੀ ਹੈ ਜੀ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਉਸ ਚੀਜ਼ ਤੋਂ ਅਸੀਂ ਕੱਲ੍ਹ ਡੀ ਐਮ ਸੀ ਚੈੱਕਅਪ ਕਰਵਾਇਆ ਸੀ ਇਹਨਾਂ ਦਾ ਅਤੇ ਪਰਸੋਂ ਨੂੰ ਉਹਨਾਂ ਦਾ ਉਹਨਾਂ ਨੇ ਕਿਹਾ ਜੀ ਵੀਰਵਾਰ ਨੂੰ ਇਹਨਾਂ ਦਾ ਆਪਰੇਸ਼ਨ ਹੋਣਾ ਕੱਲ੍ਹ ਵੈਡਨਸਡੇ ਨੂੰ ਸ਼ਾਮ ਨੂੰ ਉਹਨਾਂ ਨੂੰ ਉੱਥੇ ਐਡਮਿਟ ਕਰਵਾਉਣਾ ਜੀ ਅਸੀਂ ਅਤੇ ਇਸ ਕਰਕੇ ਮੈਂ ਬੇਨਤੀ ਕਰਦਾ ਪਰਿਵਾਰਕ ਮੈਂਬਰ ਜਿਹੜੇ ਵੀ ਹੈਗੇ ਉਹ ਆ ਕੇ ਤਕਰੀਬਨ ਉਹਨਾਂ ਦੀ ਹੈਲਪ ਕਰਨਾ ਇਹਨਾਂ ਦੇ ਆ ਕੇ ਮੋਰਲ ਸਪੋਰਟ ਕਰਨ ਪੈਸੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਆ ਰਹੇ ਜੀ ਸੰਗਤਾਂ ਵੀ ਦੇ ਰਹੀਆਂ ਅਸੀਂ ਵੀ ਸਾਰੇ ਵੀਰ ਕੰਟਰੀਬਿਊਟ ਕਰਕੇ ਲਾ ਰਹੇ ਹਾਂ ਜੀ ਪੈਸੇ ਖਰਚਾ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ